ਜੀ ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ। ਮੇਰੇ ਨਾਲ ਜੱਸੀ ਸਿੰਘ ਫਰੋਮ ਇੰਡੀਆ, ਜਿਨ੍ਹਾਂ ਨਾਲ ਮੈਂ ਵਟਸਐਪ ਉੱਪਰ ਗੱਲ ਕਰ ਰਿਹਾ। ਤਾਂ ਇਹਨਾਂ ਕੋਲੋਂ ਮੈਂ ਪੁੱਛਣਾ ਕਿ ਕਰਤਾਰਪੁਰ ਦੀ ਅਹਿਮੀਅਤ ਕਿਆ ਵੈ ਸਿੱਖ ਭਰਾਵਾਂ ਅਤੇ ਭੈਣਾਂ ਵਾਸਤੇ? ਕਰਤਾਰਪੁਰ ਦੀ ਅਹਿਮੀਅਤ ਇਹ ਹੈ ਜੀ, ਗੁਰੂ ਨਾਨਕ ਸਾਹਿਬ ਨੇ ਆਪਣੇ ਜ਼ਿੰਦਗੀ ਦੇ ਆਖਰੀ 18 ਸਾਲ ਉੱਥੇ ਕੱਢੇ ਸੀਗੇ। 1718 ਸਾਲ ਗੁਰੂ ਨਾਨਕ ਸਾਹਿਬ ਨੇ ਜੀ ਪੂਰੇ ਵਿਸ਼ਵ ਘੁੰਮੇ, ਉਹ ਹਰ ਜਗ੍ਹਾ ਉਹਨਾਂ ਨੇ ਲੋਕਾਂ ਨੂੰ ਗਿਆਨ ਦਿੱਤਾ, ਸਭ ਕੁਛ ਦੱਸਿਆ। ਮਤਲਬ ਗੁਰੂ ਨਾਨਕ ਸਾਹਿਬ ਜੋ ਜ਼ਿੰਦਗੀ ਦੇ 18 ਸਾਲ ਉੱਥੇ ਰਹੇ ਹੈ ਕਰਤਾਰਪੁਰ ਸਾਹਿਬ, ਉੱਥੇ ਉਹਨਾਂ ਨੇ ਸਿੱਖੀ ਦਾ ਸਹੀ ਤਰੀਕੇ ਚਲਾਉਣਾ, ਸਿੱਖੀ ਨੂੰ ਕਿੱਦਾਂ ਰੀਪ੍ਰਜੈਂਟ ਕਰਨਾ। ਇੰਡੀਆ ਬਾਰਡਰ ਤੋਂ ਕਰਤਾਰਪੁਰ ਨੂੰ ਕਿਸ ਤਰ੍ਹਾਂ ਦੇਖਿਆ ਜਾਣਾ, ਕਿਆ ਹਿਸਾਬ ਕਿਤਾਬ ਹੈ, ਤੁਸੀਂ ਮੈਨੂੰ ਦੱਸਿਆ ਸੀ ਵੀ ਇੱਕ ਦਿਨ ਇੱਥੋਂ ਸਾਨੂੰ ਇੰਡੀਅਨ ਸਾਈਡ ਦੇ ਵਿੱਚ ਨਜ਼ਦੀਕ ਡੇਰਾ ਬਾਬਾ ਨਾਨਕ ਇੱਕ ਜਗ੍ਹਾ ਹੈ, ਇੱਕ ਪਿੰਡ ਹੈ, ਇੱਕ ਵਿਲੇਜ ਹੀ ਹੈ ਜੋ ਇੰਟਰਨੈਸ਼ਨਲ ਬਾਰਡਰ ਤੋਂ ਮਹਿਜ਼ 2 ਕਿਲੋਮੀਟਰ ਪੈਂਦਾ ਹੈ। ਅਤੇ ਉੱਥੇ 0 ਪੁਆਇੰਟ 'ਤੇ ਇੱਕ BSF ਜੋ ਹੈ ਉਹਨਾਂ ਨੇ ਆਪਣੀ ਤਰਫ ਤੋਂ ਇੱਕ ਦਰਸ਼ਨੀ ਦੇਵੜੀ ਬਣਾਈ ਗਈ ਹੈ, ਇੱਕ ਪੁਆਇੰਟ ਬਣਾਇਆ ਸੀ ਜਿੱਥੇ ਉਹ ਦੂਰਬੀਨ ਨਾਲ ਦਰਸ਼ਨ ਕਰਦੇ ਸੀ। ਅਤੇ ਉੱਥੇ ਅਸੀਂ ਇਹ ਚੀਜ਼ ਮੈਂ ਦੇਖਿਆ ਕਿ ਲੋਕ ਕਈ ਵਾਰ ਕਈ ਕੇਸਿਸ 'ਚ ਇਮੋਸ਼ਨਲ ਵੀ ਹੋਏ ਹੈ, ਲੋਕਾਂ ਦੇ ਅੱਖਾਂ 'ਚ ਆਸੂ ਵੀ ਆ ਗਿਆ। ਇਹ ਜਿਹੜਾ ਚੀਜ਼ ਹੈ ਇੱਦਾਂ ਹੈ ਕਿ ਮੁਸਲਮਾਨ ਨੂੰ ਮੱਕਾ ਤੋਂ ਜਾਂ ਮਦੀਨੇ ਤੋਂ ਆਪਣੇ ਦੂਰ ਰੱਖ ਦੇਣਾ, ਵੀ ਤੁਸੀਂ ਉੱਥੇ ਦੇਖ ਸਕਦੇ ਹੋ ਪਰ ਉਹਨੂੰ ਛੂਹ ਨਹੀਂ ਸਕਦੇ। ਉਹੀ ਹਿਸਾਬ ਕਿਤਾਬ ਸਿੱਖਿਆ ਮੈਂ ਜਦ ਗਿਆ ਸੀ। ਮੈਂ ਆਪਣਾ ਇੰਸੀਡੈਂਸ ਦੱਸ ਦਿੰਦਾ, ਮੈਂ ਗਿਆ ਸੀ ਪਿਛਲੇ ਸਾਲ ਹੀ ਗਿਆ ਸੀ 9 ਨਵੰਬਰ 2018 ਨੂੰ। ਅਤੇ ਮੈਂ ਉੱਥੇ ਗਿਆ, ਲੋਕਾਂ ਨੂੰ ਦੇਖਿਆ, ਮੈਂ ਇਹੀ ਇੰਝ ਸੋਚ ਰਹੀ ਸੀ ਮੈਂ ਅਗਲੀ ਵਾਰ ਜਦ ਆਵਾਂਗਾ ਤਾਂ ਇੱਥੇ ਕੋਰੀਡੋਰ ਬਣਿਆ ਹੋਏਗਾ ਔਰ ਮੈਂ ਜਾ ਕੇ ਦਰਸ਼ਨ ਕਰਕੇ ਆਵਾਂਗਾ। ਅਤੇ ਮਹਾਰਾਜ ਦੀ ਕਿਰਪਾ ਸੀ ਕਿ ਥੋੜੇ ਦਿਨਾਂ ਬਾਅਦ ਹੀ ਜਸਟ ਉਸੀ ਮੰਥ ਨਵੰਬਰ ਦੇ ਵਿੱਚ ਕੋਰੀਡੋਰ ਦਾ ਉਦਘਾਟਨ ਹੋਇਆ। ਮਤਲਬ ਸ਼ਬਦਾਂ ਨਾਲ ਨਹੀਂ ਮੈਂ ਬਿਆਨ ਕਰ ਸਕਦਾ, ਉਸ ਗੁਰੂ ਨਾਨਕ ਪਾਤਸ਼ਾਹ ਨੂੰ ਮੈਂ ਥੈਂਕਸ ਕਹਾਂਗਾ। ਸੋ ਕੈਨ ਯੂ ਬਿਲੀਵ ਦਿਸ, ਵੀ ਆਰ ਗੋਇੰਗ ਟੂ ਕਰਤਾਰਪੁਰ ਗੁਰਦੁਆਰਾ, ਜਹਾਂ ਪੇ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਕੇ ਲਾਸਟ 18 ਈਅਰਸ ਸਪੈਂਡ ਕੀਏ ਹੈ, ਐਂਡ ਹੀ ਆਲਸੋ ਪਾਸਡ ਅਵੇ ਇਨ ਕਰਤਾਰਪੁਰ। ਦੈਟਸ ਵਾਈ ਇਟ ਇਜ਼ ਅ ਯੂਨੀਕ ਸਿਟੀ, ਯੂਨੀਕ ਪਲੇਸ। ਇਹ ਜੋ ਕਰਤਾਰਪੁਰ ਕਾ ਗੁਰਦੁਆਰਾ ਹੈ, ਇਹ ਇੰਡੀਆ ਕੇ ਬਾਰਡਰ ਕੇ ਪਾਸ ਹੈ, ਔਰ ਮੈਨੇ ਆਪਣੇ ਦੋਸਤੋਂ ਸੇ, ਆਪਣੇ ਵਿਊਅਰਸ ਸੇ, ਸਬਸਕ੍ਰਾਈਬਰ ਸੇ ਸੁਨਾ ਹੈ ਕਿ ਵੋ ਇਸਕੀ ਜ਼ਿਆਰਤ ਕਰਤੇ ਹੈ, ਇੰਡੀਅਨ ਬਾਰਡਰ ਸੇ ਵੋ ਦੂਰਬੀਨ ਸੇ ਦੇਖਤੇ ਹੈ, ਦੂਰਬੀਨ ਸੇ। ਦੈਟ ਮਚ ਇੰਪੋਰਟੈਂਟ ਇਟ ਇਜ਼ ਟੂ ਦੈਮ, ਔਰ ਅਬ ਵੋ ਖੁਦ ਨਜ਼ਰ ਆ ਰਹਾ। ਐਂਡ ਦਿਸ ਇਜ਼ ਕਰਤਾਰਪੁਰ ਰੋਡ, ਆਈ ਡੋਂਟ ਨੋ, ਮੇ ਬੀ ਗੁਰੂ ਨਾਨਕ ਸਾਹਿਬ ਆਲਸੋ ਡਿਡ ਵਾਕ ਔਨ ਦਿਸ ਪਾਥ, ਔਨ ਦਿਸ ਰੋਡ, ਆਈ ਡੋਂਟ ਨੋ। ਲੇਕਿਨ ਫਿਰ ਵੀ ਆਈ ਥਿੰਕ ਫੋਰ ਦ ਸਿੱਖਸ ਦਿਸ ਇਜ਼ ਅ ਹੋਲੀ ਪਲੇਸ, ਅ ਯੂਨੀਕ ਪਲੇਸ। ਮੈਨੇ ਬਹੁਤ ਕੋਸ਼ਿਸ਼ ਕੀ ਹੈ, ਮੇਰੇ ਸਾਥ ਫੈਜ਼ ਹੈ, ਇਹਨਾਂ ਨੇ ਨੋਨ ਸਟੋਪ ਗਾੜੀ ਚਲਾਈ ਹੈ 2.5 ਆਵਰਸ ਫਰੋਮ ਗੁਜਰਾਂਵਾਲਾ ਸੇ। ਆਈ ਹੋਪ ਵੀ ਆਰ ਔਨ ਟਾਈਮ, ਇਟਸ ਆਲਮੋਸਟ ਯੂ ਨੋ ਸੂਰਜ ਗੁਰੂਪ ਹੋਣੇ ਵਾਲਾ ਹੈ। ਸੋ ਅਭੀ ਕਿਆ ਟਾਈਮ ਹੋਇਆ, 6:40 ਹੋ ਗਏ ਹੈ, ਐਂਡ ਇਨਸ਼ਾਅੱਲਾ ਆਈ ਹੋਪ ਕਿ ਹਮ ਕੁਛ ਨਾ ਕੁਛ ਆਪਕੋ ਦਿਖਾ ਸਕੇ, ਸਾਈਟਸ ਐਂਡ ਸਾਊਂਡਸ ਆਫ ਪਾਕਿਸਤਾਨ ਪੇ। ਜਿਸ ਤਰੀਕੇ ਨਾਲ ਦਰਸ਼ਨ ਦੇਵੜੀ ਦੇਖਦੇ, ਮੈਂ ਜਦ ਗਿਆ ਸੀ ਉੱਥੇ ਮੈਂ ਸਹੀ ਤਰੀਕੇ ਦਰਸ਼ਨ ਨਹੀਂ ਕਰ ਪਾਇਆ, ਕਿਉਂਕਿ ਬਿਕੋਜ਼ ਝਾੜੀਆਂ ਘਾਹ ਜ਼ਿਆਦਾ ਹੋਣ ਕਾਰਨ ਮੈਂ ਦਰਸ਼ਨ ਨਹੀਂ ਚੱਜ ਨਾਲ ਕਰ ਪਾਇਆ। ਹਾਲਾਂਕਿ ਗੁੰਬਦ ਮੈਨੂੰ ਦਿਖਿਆ ਥੋੜ੍ਹਾ ਬਹੁਤ। ਯਾਨੀ ਕਿ ਤੁਸਾਂ ਨੂੰ, ਯਾਨੀ ਕਿ ਤੁਸਾਂ ਕੀ ਗੁੰਬਦ ਦਿਖਿਆ ਇੰਡੀਆ ਇੰਡੀਅਨ ਬਾਰਡਰ ਤੋਂ? ਠੀਕ ਹੈ, ਇੰਡੀਅਨ ਬਾਰਡਰ ਤੋਂ ਤੁਸੀਂ ਦੇਖ ਰਹੇ ਸੋ? ਗੁੰਬਦ ਹੀ ਦੇਖ ਪਾਇਆ, ਪਰ ਉਹ
ਸਹੀ ਤਰੀਕੇ ਉਸ ਚੀਜ਼ ਨੂੰ ਦੇਖ ਨਹੀਂ ਪਾਇਆ। ਉਸ ਚੀਜ਼ ਨੂੰ ਮੈਂ ਉੱਥੇ ਰਿਅਲਾਈਜ਼ ਕਰ ਰਿਹਾ ਸੀ ਜਦ ਮੈਂ ਉੱਥੇ ਗਿਆ, ਮੈਂ ਇਸ ਚੀਜ਼ ਨੂੰ ਰਿਅਲਾਈਜ਼ ਕਰ ਰਿਹਾ ਸੀ ਜਦ ਇੱਥੇ ਬਾਰਡਰ ਨਹੀਂ ਸੀਗਾ ਕਿ ਕਿੱਦਾਂ ਲੋਕੀ ਜਾਂਦੇ ਸੀ ਦਰਸ਼ਨ ਕਰਦੇ ਸੀ, ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਕਿੱਦਾਂ ਉਹਨਾਂ ਨੇ ਆਏ ਜਾਏ ਕਿੱਦਾਂ ਆਉਂਦੇ ਜਾਂਦੇ ਰਹੇ ਆ, ਤਾਂ ਉਸ ਚੀਜ਼ ਨੂੰ ਉੱਥੇ ਰਿਅਲਾਈਜ਼ ਕਰ ਰਹੇ, ਉਸ ਚੀਜ਼ ਨੂੰ ਫੀਲ ਕਰ ਰਹੇ ਸੀ ਉੱਥੇ। ਅੱਛੀ, ਮੈਂ ਜਨਾਬ ਤੁਸਾਂ ਨੇ ਕਹਿਣੇ ਪਰ ਮੈਂ ਗਿਆ ਸਾਂ, ਲੇਕਿਨ ਮੇਰੇ ਕੇ ਅੰਦਰ ਨਹੀਂ ਜਾਣ ਦਿੱਤਾ ਅਨਫੋਰਚੁਨੇਟਲੀ, ਲੇਕਿਨ ਉਮੀਦ ਹੈ ਕਿ ਤੁਸੀਂ ਜਾਸੋ ਮਹੀਨੇ ਬਾਅਦ, ਤੁਸੀਂ ਜਾਸੋ ਨਾ ਜ਼ਰੂਰ ਵਾਹਿਗੁਰੂ ਨੇ ਮਿਹਰ ਕੀਤਾ। ਦੇਖੋ ਇਹ ਸਭ ਜੋ ਹੈ ਨਾ ਜੀ ਉਹ ਰੱਬ ਦੇ ਮੁਤਾਬਿਕ ਹੀ ਸਭ ਕੁਛ ਹੁੰਦਾ ਜੀ, ਉਹਦੇ ਕਹੇ ਕੁਛ ਨਹੀਂ ਹੋ ਸਕਦਾ। ਆਹ ਕੋਰੀਡੋਰ ਵੀ ਖੁੱਲਿਆ ਤੇ ਇਹਨੇ 70 ਸਾਲ ਤੱਕ ਨਹੀਂ ਖੁੱਲਿਆ, ਹੁਣ 70 ਸਾਲ ਬਾਅਦ ਅਚਾਨਕ ਖੁੱਲਿਆ, ਕਿੱਦਾਂ ਕਿਉਂ ਹੋਇਆ? ਗੁਰੂ ਨਾਨਕ ਸਾਹਿਬ ਦੀ ਮਿਹਰ ਤਾਂ ਹੀ ਖੁੱਲਿਆ ਜੀ, ਜਿਹੜੇ ਆਪਣੇ ਭਰਾ ਨੇ ਪਾਕਿਸਤਾਨੀ ਭਰਾ ਚਾਹੇ ਇੰਡੀਅਨ ਭਰਾ, ਠੀਕ ਹੈ ਜੀ, ਸਾਰੇ ਆਪਣਾ ਦੇਖੋ ਪੰਜਾਬੀ ਪੰਜਾਬ ਇੱਕ ਹੈ ਜੀ ਪੰਜਾਬ, ਠੀਕ ਹੈ ਜੀ। ਸਾਡੇ ਮੇਰੇ ਜਿੱਥੇ ਮੈਂ ਰਹਿੰਦਾ ਜੀ ਉੱਥੇ ਵੀ ਕਈ ਮੈਨੂੰ ਆਂਢ ਗੁਆਂਢ ਦੇ ਹੈ ਐਸੇ ਜਿਹੜੇ ਅੱਜ ਵੀ ਜਾਣਾ ਚਾਹੁੰਦੇ ਨੇ ਉੱਥੇ, ਆਪਣੀ ਮਿੱਟੀ ਨੂੰ ਦੇਖਣਾ ਚਾਹੁੰਦੇ ਨੇ, ਜਿਹੜੇ ਹਿੰਦੂ ਸੀ ਉੱਥੇ ਆਏ ਹੈ ਪਾਰਟੀਸ਼ਨ ਤੋਂ ਬਾਅਦ। ਤੋ ਮੇਰਾ ਵੀ ਕਦੀ ਮਨ ਹੈ ਜੀ, ਸਾਰਿਆਂ ਦਾ ਮਨ ਹੈ ਜੀ ਆਪਾਂ ਉੱਥੇ ਜਾਈਏ, ਪਾਕਿਸਤਾਨ ਜਾਈਏ, ਆਪਣੇ ਗੁਰੂ ਧਾਮ ਦੇ ਕੇ ਆਈਏ ਜਿਹੜੇ ਸਾਡੇ ਤੋਂ ਵਿਛੋੜੇ ਗਏ ਨੇ, ਔਰ ਆਪਣੇ ਭਰਾਵਾਂ ਨੂੰ ਮਿਲੀਏ, ਕਿਉਂਕਿ ਸਾਰੇ ਜੀ ਆਪਣੇ ਅਸੀਂ ਇੱਕ ਹੀ ਅੱਜ ਵੀ ਦਿਲੋਂ ਤਾਂ ਇੱਕ ਹੀ ਹੈ ਜੀ, ਸਰਹੱਦ ਜ਼ਮੀਨਾਂ ਸਾਨੂੰ ਵੰਡਦੀਆਂ ਨੇ ਪਰ ਦਿਲੋਂ ਤਾਂ ਅੱਜ ਵੀ ਇੱਕ ਹੈ ਜੀ ਆਪਾਂ। ਜੀ ਜੀ ਬਿਲਕੁਲ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਸ਼ੁਕਰੀਆ। ਮੈਂ ਇੰਨਾ ਹੀ ਕਹਾਂਗਾ ਜੀ, ਮੈਂ ਇੰਨਾ ਹੀ ਕਹਾਂਗਾ ਜੀ, ਜਦ ਅਗਰ ਕਦੀ ਫਿਊਚਰ ਗਿਆ ਕਰਤਾਰਪੁਰ ਸਾਹਿਬ ਤੇ ਸਾਰੇ ਜਿਹੜੇ ਆਪਣੇ ਭਰਾਵਾਂ ਨੇ ਉਹਨਾਂ ਨਾਲ ਵੀ ਮਿਲਣਾ ਚਾਹਾਂਗਾ, ਜਿਹੜੇ ਵੀ ਪਾਕਿਸਤਾਨੀ ਭਰਾ ਉੱਥੇ ਮਿਲਣ, ਕਿਉਂਕਿ ਬੜੀ ਅੱਛਾ ਲੱਗੇਗਾ ਜੀ ਭਰਾ ਭਰਾ ਨੂੰ ਮਿਲਣਗੇ ਉੱਥੇ, ਸਾਰੇ ਖੁਸ਼ੀ ਨਾਲ ਸਾਰੇ ਰਲ ਮਿਲ ਕੇ ਸੇਵਾ ਕਰਨਗੇ ਜੀ। ਬਹੁਤ ਸ਼ੁਕਰੀਆ ਜੱਸੀ ਸਿੰਘ ਜੀ, ਫਿਰ ਤੁਹਾਡੇ ਨਾਲ ਗੱਲ ਹੋ ਸੀ, ਬੜੀ ਮਿਹਰਬਾਨੀ ਜੀ। ਜੱਸੀ ਸਿੰਘ ਆਪਕਾ ਬਹੁਤ ਬਹੁਤ ਸ਼ੁਕਰੀਆ, ਆਪਨੇ ਤਾਵਨ ਕੀਆ ਸਾਈਟਸ ਐਂਡ ਸਾਊਂਡਸ ਆਫ ਪਾਕਿਸਤਾਨ ਕੇ ਸਾਥ। ਆਪਕੋ ਮੇਰੀ ਇਨ ਬਾਤੋਂ ਸੇ ਪਤਾ ਤੋ ਚਲ ਗਿਆ ਹੋਗਾ ਕਿ ਮੁਝੇ ਮੌਕਾ ਨਹੀਂ ਮਿਲਾ ਅੰਦਰ ਜਾਣੇ ਕਾ, ਗਾਰਡਸ ਨੇ ਮੁਝੇ ਮਨਾ ਕਰ ਦਿਆ ਹੈ। ਖੈਰ ਐਨੀ ਹਾਓ, ਆਪ ਮੇਰਾ ਯੇ ਵੀਡੀਓ ਫਿਰ ਵੀ ਆਖਿਰ ਤੱਕ ਦੇਖੇਗਾ, ਵੋ ਲੋਕ ਜਿਨਕੇ ਲੀਏ ਯੇ ਹੋਲੀ ਗਰਾਊਂਡ ਹੈ ਉਨਕੋ ਯੇ ਵੀਡੀਓ ਬਹੁਤ ਅੱਛਾ ਲਗੇਗਾ, ਇਸੀ ਲੀਏ ਮੈਨੇ ਸਾਰੇ ਰਾਸਤੇ ਫਿਲਮਿੰਗ ਕੀ ਤਾਂ ਕਿ ਉਨਕੋ ਪਤਾ ਚਲੇ ਕਿ ਵਹਾਂ ਜਾਣੇ ਕਾ ਰਾਸਤਾ ਕੈਸੇ ਹੈ, ਕਿਉਂਕਿ ਬਹੁਤ ਸੇ ਲੋਕ ਇੱਕ ਮਹੀਨੇ ਕੇ ਬਾਅਦ ਯਹਾਂ ਪੇ ਆਏਂਗੇ, ਤੋ ਉਨਕੋ ਥੋੜ੍ਹਾ ਬਹੁਤ ਆਈਡੀਆ ਹੋ ਜਾਏ ਕਿ ਉਹਨਾਂ ਨੇ ਕਹਾਂ ਜਾਣਾ ਹੈ। ਖੈਰ ਅਬ ਤੋ ਯੇ ਔਰ ਬਿਹਤਰ ਹੋ ਗਿਆ ਹੋਗਾ, ਕਿਉਂਕਿ ਯੇ ਵੀਡੀਓ ਮੈਨੇ 3 ਮਹੀਨੇ ਪਹਿਲੇ ਰਿਕਾਰਡ ਕੀਆ ਥਾ। ਪਲੀਜ਼ ਆਪ ਮੇਰਾ ਚੈਨਲ ਸਬਸਕ੍ਰਾਈਬ ਕਰਨਾ ਮਤ ਭੁਲੀਏਗਾ, ਯੇ ਵੀਡੀਓ ਲਾਈਕ ਕਰਨਾ ਮਤ ਭੁਲੀਏਗਾ, ਕਮੈਂਟਸ ਕਰਕੇ ਮੁਝੇ ਬਤਾਏ ਆਪਕੋ ਯੇ ਵੀਡੀਓ ਕੈਸੇ ਲਗਾ। ਜੀ ਮੈਂ ਅਭੀ ਖੜਾ ਹੂੰ ਕਰਤਾਰਪੁਰ ਗੁਰਦੁਆਰਾ ਕੇ ਸਾਹਮਣੇ, ਲੇਕਿਨ ਆਈ ਐਮ ਨਾਟ ਅਲਾਊਡ ਟੂ ਐਂਟਰ ਬਿਕੋਜ਼ ਮੁਝੇ ਪਰਮਿਸ਼ਨ ਚਾਹੀਏ, ਔਰ ਮੈਨੇ ਯੇ ਪੀ ਟੀ ਆਈ ਕੇ ਹੈ ਜੱਸੀ ਸਿੰਘ, ਇਨਸੇ ਮੇਰਾ ਰਾਬਤਾ ਹੈ, ਇਹਨੋਨੇ ਕਹਾ ਹੈ ਕਿ ਮੈਂ ਕਿਸੀ ਸੇ ਬਾਤ ਕਰਕੇ ਆਪਕੋ ਬਤਾਤਾ ਹੂੰ, ਦੈਨ ਹੀ ਵਿਲ ਕਾਲ ਮੀ, ਸੋ ਆਈ ਐਮ ਵੇਟਿੰਗ ਫੋਰ ਹਿਸ ਕਾਲ। ਤੋ ਯਹਾਂ ਪੇ ਜੋ ਗਾਰਡਸ ਇਹਨੋਨੇ ਕਹਾ ਹੈ ਕਿ ਵਿਦਾਊਟ ਐਨੀ ਪਰਮਿਸ਼ਨ ਫਰੋਮ ਸਮਵਨ ਫਰੋਮ ਹਾਇਰ ਅਥੋਰਿਟੀ ਵੀ ਕੈਨੋਟ ਗੋ ਇਨਸਾਈਡ, ਵੀ ਕੈਨੋਟ ਫਿਲਮ। ਸੋ ਯਹਾਂ ਪਹੁੰਚ ਕੇ ਵੀ ਮੈਂ ਕਾਫੀ ਦੂਰ ਹੂੰ ਅਨਫੋਰਚੁਨੇਟਲੀ, ਲੈਟ ਸੀ ਇਫ ਮਿਸਟਰ ਜੱਸੀ ਸਿੰਘ ਕਾਲਸ ਮੀ ਐਂਡ ਇਫ ਹੀ ਕੈਨ ਮੈਨੇਜ ਟੂ ਆਸਕ ਸਮਵਨ। ਆਪ ਕਹਾਂ ਸੇ ਆਏ? ਰਹੀਮ ਯਾਰ, ਆਪ ਸਪੈਸ਼ਲ ਇਸਕੇ ਲਿਏ ਆਏ ਹੈਂ? ਅੱਛਾ, ਤੋ ਆਪਕੋ ਵੀ ਨਹੀਂ ਜਾਣੇ ਦੇਤੇ? ਅੱਛਾ ਅੱਛਾ, ਓਕੇ, ਤੋ ਆਪ ਯਹਾਂ ਪੇ ਹਾਥ ਲਗਾ ਕੇ ਚਲੇ ਗਏ। ਸੋ ਵੀ ਆਰ ਜਸਟ ਬੀਇੰਗ ਥ੍ਰੈਟਨਡ ਟੂ ਗੋ ਅਵੇ ਐਲਸ ਦੇ ਵਿਲ ਅਰੈਸਟ ਅਸ, ਠੀਕ ਹੈ? ਸੋ ਵੀ ਆਰ ਨਾਟ ਅਲਾਊਡ ਟੂ ਫਿਲਮ, ਵੀ ਆਰ ਨਾਟ ਅਲਾਊਡ ਟੂ ਇੰਟਰਵਿਊ ਐਨੀਵਨ। ਬਸ ਜਿਸਕੇ ਹਾਥ ਮੇ ਲਾਠੀ ਵਹੀ ਡਿਸਾਈਡ ਕਰਤਾ ਹੈ ਯਹਾਂ ਪੇ ਓਬਵੀਅਸਲੀ, ਠੀਕ ਹੈ? ਔਰ ਬਹੁਤ ਸੇ ਲੋਕ ਦੂਰ ਸੇ ਆਏ ਹੈ ਔਰ ਉਹ ਫਿਲਮਿੰਗ ਨਹੀਂ ਕਰ ਸਕਤੇ ਹੈ ਔਰ ਨਾ ਹੀ ਅੰਦਰ ਜਾ ਸਕਤੇ ਹੈ, ਓਬਵੀਅਸਲੀ ਕੋਂਟੈਕਟਸ ਹੋਣੇ ਚਾਹੀਏ, ਠੀਕ ਹੈ? ਹਾਇਰ ਅਥੋਰਿਟੀ ਸੇ ਪਰਮਿਸ਼ਨ ਹੋਣੀ ਚਾਹੀਏ, ਠੀਕ ਹੈ ਨਾ? ਚਲੇ ਕੋਈ ਬਾਤ ਨਹੀਂ, ਐਸੇ ਹੀ ਸਹੀ। Doesn't matter, at least we came here, we tried, but we were not able to go inside. Chalo unke sath chalo, aa jao, mera kitne kitne aa kudo jana baba jana paise ho ke
ਇੱਕ ਹੈ ਲਾਲਾ ਮੂਸਾ, ਕਿਹੜੀ ਜਗ੍ਹਾ ਸੀ ਜਿੱਥੇ ਦਾਲ ਦੇਸੀ ਦਾਲ। ਮੈਂ ਇਸ ਵਕਤ ਖੜ੍ਹਾ ਹਾਂ ਕਰਤਾਰਪੁਰ ਗੁਰਦੁਆਰਾ ਕੇ ਪਾਸ, ਔਰ ਆਈ ਵਾਜ਼ ਨਾਟ ਅਲਾਊਡ ਟੂ ਗੋ ਇਨਸਾਈਡ ਬਿਕੋਜ਼ ਆਈ ਡਿਡ ਨਾਟ ਹੈਵ ਪਰਮਿਸ਼ਨ ਫਰੋਮ ਦਾ ਹਾਇਰ ਅਥੋਰਿਟੀ ਔਰ ਐਨੀ ਬਿਗ ਹੋਟ ਸ਼ੋਟ। ਵੈਲ ਦਿਸ ਇਜ਼ ਹਾਊ ਇਟ ਇਜ਼, ਹਾਊ ਸਟਿਲ ਇਟ ਇਜ਼ ਇਨ ਪਾਕਿਸਤਾਨ। ਅਗਰ ਕਿਸੀ ਬੜੇ ਮਿਨਿਸਟਰ ਨੇ ਜਾਂ ਕਿਸੀ ਬਿਗ ਹੋਟ ਸ਼ੋਟ ਨੇ ਆਪਕੋ ਇਜਾਜ਼ਤ ਦੀ ਹੈ ਤੋ ਆਪ ਅੰਦਰ ਜਾ ਸਕਤੇ ਹੈ, ਆਪ ਭੰਗੜੇ ਡਾਲ ਸਕਤੇ ਹੈ ਅੰਦਰ ਜਾ ਕੇ, ਕੁਛ ਵੀ ਕਰ ਸਕਤੇ ਹੈ, ਫਿਲਮਿੰਗ ਕਰ ਸਕਤੇ ਹੈ। ਬਿਕੋਜ਼ ਆਈ ਡੂ ਨਾਟ ਨੋ ਐਨੀ ਵਨ ਸੋ ਆਈ ਵਾਜ਼ ਨਾਟ ਅਲਾਊਡ ਟੂ ਗੋ ਇਨਸਾਈਡ, ਆਈ ਵਾਜ਼ ਨਾਟ ਈਵਨ ਅਲਾਊਡ ਟੂ ਫਿਲਮ ਮਾਈਲਸ, ਆਈ ਮੀਨ ਮਾਈਲਸ ਅਵੇ ਫਰੋਮ ਦਾ ਗੁਰਦੁਆਰਾ। ਮੈਂ ਵੀ ਬਿਲਕੁਲ ਇਹ ਰੋਡ 'ਤੇ ਖੜ੍ਹਾ ਹਾਂ, ਹਮ ਵਾਪਸ ਜਾ ਰਹੇ ਹੈ। ਆਈ ਐਮ ਵੈਰੀ ਮਚ ਡਿਸਅਪੋਇੰਟਡ, ਆਈ ਵਾਂਟ ਟੂ ਸੇ ਸੋਰੀ ਟੂ ਮਾਈ ਸਿੱਖ ਬ੍ਰਦਰਸ ਐਂਡ ਸਿਸਟਰਸ ਕਿ ਇਜਾਜ਼ਤ ਨਹੀਂ ਮਿਲੀ ਅੰਦਰ ਜਾਣੇ ਕੀ। ਸੋ ਆਈ ਐਮ ਗੋਇੰਗ ਬੈਕ ਹੋਮ ਟੂ ਮਾਈ ਵਿਲੇਜ। ਜੈਸੇ ਕਿ ਆਪਕੋ ਨਜ਼ਰ ਆ ਰਹਾ ਹੈ, ਇਸ ਤਰਫ ਹੈ ਕਰਤਾਰਪੁਰ ਗੁਰਦੁਆਰਾ। ਮੈਂ ਫਿਰ ਸੇ ਬਤਾ ਰਹਾ ਹਾਂ ਕਿ ਆਈ ਵਾਜ਼ ਨਾਟ ਅਲਾਊਡ ਟੂ ਗੋ ਇਨਸਾਈਡ, ਔਰ ਮੁਝੇ ਵਹਾਂ ਪੇ ਕਾਫੀ ਥਰੈਟਨ ਕੀਆ ਗਿਆ ਕਿ ਅਗਰ ਨਹੀਂ ਜਾਓਗੇ, ਕਾਫੀ ਬਦਮਾਸ਼ੀ ਕੀ ਬਦਮਾਸ਼ੀ, ਜੈਸੇ ਬਦਮਾਸ਼ ਹੱਸਤੇ ਹੈ, ਐਸੇ ਹੱਸਾ ਗਿਆ ਕਿ ਅਗਰ ਨਹੀਂ ਗਏ ਤੋ ਤੁਹਾਡੇ ਸਾਥ ਯੇ ਹੋਗਾ ਵੋ ਹੋਗਾ, ਯੂ ਨੋ ਜਸਟ ਲਾਈਕ ਇਨ ਟਿਪੀਕਲ ਪਾਕਿਸਤਾਨੀ ਮੂਵੀਜ਼ ਔਰ ਇੰਡੀਅਨ ਮੂਵੀਜ਼, ਜਬ ਪੁਲਿਸ ਵਾਲੇ ਆਪਕੋ ਥਰੈਟ ਕਰਤੇ ਹੈ ਤੋ ਐਸੇ ਹੀ ਮੁਝੇ ਥਰੈਟ ਕੀਆ ਗਿਆ। ਹਾਂ, ਮੁਝੇ ਹਾਥ ਨਹੀਂ ਲਗਾਇਆ ਗਿਆ, ਲੇਕਿਨ ਆਪਣੀ ਬਾਤੋਂ ਸੇ ਮੁਝੇ ਵਾਰਨ ਕੀਆ ਗਿਆ, ਅਰੇ ਭਾਈ ਚਲੇ ਜਾਓ ਵਰਨਾ ਯੇ ਹੋਗਾ ਵਰਨਾ ਵੋ ਹੋਗਾ ਤੁਹਾਡੇ ਸਾਥ, ਠੀਕ ਹੈ। ਬਟ ਦਿਸ ਇਜ਼ ਦਾ ਕਲਚਰ ਸਟਿਲ ਪ੍ਰਿਵੇਲਿੰਗ ਇਨ ਪਾਕਿਸਤਾਨ, ਹਮ ਕੁਛ ਨਹੀਂ ਕਰ ਸਕਤੇ। ਲੈਟਸ ਸੀ ਕਿ ਆਨੇ ਵਾਲੇ ਸਾਲੋਂ ਮੇਂ ਯੇ ਇੰਪਰੂਵ ਹੋਗਾ ਜਾਂ ਨਹੀਂ ਹੋਗਾ। ਆਈ ਹੋਪ ਕਿ ਇਮਰਾਨ ਖਾਨ ਡਸ ਸਮਥਿੰਗ। ਆਪ ਇਸ ਗੁਰਦੁਆਰੇ ਦੇ ਕੰਮ ਕਰਤੇ ਹੈ? ਅੱਛਾ ਅੱਛਾ ਅੱਛਾ, ਓਕੇ। ਤੋ ਇਹ ਕਬ ਤਿਆਰ ਹੋਗਾ ਗੁਰਦੁਆਰਾ, ਕਬ ਤੱਕ ਜੀ? ਕੋਈ ਪਤਾ ਨਹੀਂ। ਕਬ ਕਿਤਨੇ ਅਰਸੇ ਸੇ ਆਪ ਯਹਾਂ ਪੇ ਕਾਮ ਕਰ ਰਹੇ ਹੈਂ? ਜੀ ਦੋ ਦਿਨ ਹੋਏ ਹੈ। ਤੋ ਕੈਸੇ ਲਗਾ ਅੰਦਰ ਸੇ, ਕੈਸੇ ਹੈ, ਆਈ ਮੀਨ ਕਹਾਂ ਤੱਕ ਮੁਕੰਮਲ ਹੈ ਆਪ ਸਮਝਤੇ ਹੈਂ? ਅਭੀ ਤੋ ਮੁਝੇ ਕੋਈ ਪਤਾ ਨਹੀਂ, ਮੈਂ ਨਿਊ ਆਇਆ ਹੂੰ। ਆਪ ਨਿਊ ਆਏ, ਆਪ ਕਹਾਂ ਕੇ ਰਿਹਾਇਸ਼ੀ ਹੈ? ਮੈਂ ਕਾਮੋਗੀ ਕਾ। ਜੀ ਕਾਮੋਗੀ। ਅੱਛਾ, ਕਿਤਨੇ ਦੂਰ ਹੈ ਯਹਾਂ ਸੇ? ਤਕਰੀਬਨ 100 ਕਿਲੋਮੀਟਰ। 100 ਕਿਲੋਮੀਟਰ, ਅੱਛਾ ਠੀਕ ਹੈ। ਤੋ ਇਸਕਾ ਮਤਲਬ ਇਹ ਹੈ ਕਿ ਜੋ ਸਿੱਖ ਨਹੀਂ ਹੈ ਵੋ ਅੰਦਰ ਨਹੀਂ ਜਾ ਸਕਤਾ, ਦੈਟ ਇਜ਼ ਫੋਰ ਸ਼ੋਰ। ਕਾਮ ਹੋਣੇ ਤੱਕ ਜਾ ਸਕਤੇ ਹੈ। ਅੱਛਾ, ਅੰਦਰ ਕਿਤਨੇ ਲੋਕ ਕਾਮ ਕਰ ਰਹੇ ਅਭੀ? ਤਕਰੀਬਨ 6-7। ਔਰ ਕਾਮ ਕਿਸ ਪੇ ਹੋ ਰਹਾ ਹੈ? ਗੁਰਦੁਆਰਾ ਤੋ ਬਣਾ ਹੁਆ ਹੈ ਨਾ, ਉਹ ਕਾਮ ਕਿਸ ਚੀਜ਼ ਪੇ ਹੋ ਰਹਾ ਹੈ? ਕਾਮ ਪਤਾ ਨਹੀਂ, ਇਹ ਨਹੀਂ ਮੈਨੂੰ ਪਤਾ। ਨਹੀਂ ਨਹੀਂ, ਦੀਵਾਰ ਬਣ ਰਹੀ ਹੈ, ਕਿਆ ਬਣ ਰਹਾ ਹੈ? ਆਈ ਮੀਨ ਗੁਰਦੁਆਰਾ ਤੋ ਬਣਾ ਹੁਆ ਹੈ ਨਾ, ਤੋ ਵੀ ਕਿਆ ਬਣ ਰਹਾ ਹੈ? ਛੱਤੇ ਬਣ ਰਹੀ ਹੈ, ਮਕਾਨ ਬਣ ਰਹੇ ਹੈ ਸਾਰਾ। ਔਰ ਫੈਸਿਲਿਟੇਟ ਕਰਨੇ ਕੇ ਲੀਏ ਜੋ ਪਿਲਗ੍ਰਿਮਸ ਆਏਂਗੇ ਉਨਕੋ ਉਨਕੇ ਉਨਕੀ ਰਿਹਾਇਸ਼ ਗਾ ਮੇਨ ਹੋ ਸਕਤਾ ਹੈ। ਹੋਟਲਸ ਵਗੈਰਾ ਬਣ ਰਹੇ ਹੈ? ਕਰਤਾਰਪੁਰ ਗੁਰਦੁਆਰਾ ਚਕਵਾਲ। ਯਾਰ ਪਤਾ ਕਿਆ, ਮੈਂ 2 ਹਫ਼ਤੇ ਕੇ ਲਈ ਛੁੱਟੀਆਂ ਕੇ ਲਈ ਆਇਆ ਹੂੰ, ਮੈਂ ਇਨਸੇ ਔਰ ਬਹਿਸ ਕਰ ਸਕਤਾ ਪੁਲਿਸ ਵਾਲੋ ਸੇ, ਲੇਕਿਨ ਇਹਨੇ ਸ਼ਰਾਫਤ ਸੇ ਮੁਝੇ ਅੰਦਰ ਡਾਲ ਦੇਣਾ ਥਾ ਔਰ ਮੇਰਾ ਟਿਕਟ ਜ਼ਾਇਆ ਹੋ ਜਾਤਾ ਔਰ ਮੈਨੇ ਫਿਰ ਵਾਪਿਸ ਆ ਕੇ ਕਾਮ ਵੀ ਕਰਨਾ ਹੈ। ਸੋ ਆਈ ਕੁਡ ਨਾਟ ਟੇਕ ਦ ਰਿਸਕ। ਯਾ ਸੋ ਆਈ ਕਾਂਟ ਟੇਕ ਦ ਰਿਸਕ, ਵਰਨਾ ਯੇ ਸੀਨ ਪਾਰਟ ਵੀ ਮੈਂ ਆਪਕੇ ਲੀਏ ਫਿਲਮ ਕਰਤਾ, ਲੇਕਿਨ ਮੈਨੇ ਕਹਾ ਨਹੀਂ ਯਾਰ, ਵੀ ਨਾ ਟੇਕ ਦ ਰਿਸਕ ਯਾਰ, ਸ਼ਰੀਫ ਬੰਦਾ ਹੂੰ। ਸੋ ਚਲੇ ਚਲਤੇ ਹਮ ਅਬ ਘਰ ਕੀ ਤਰਫ ਰਵਾਨਾ ਹੋਤੇ ਹੈ।